ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਤੁਹਾਡਾ ਦੋਸਤ ਗੁਰਸ਼ਾਂ ਅਤੇ ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਫਰੀਦਕੋਟ, ਜਾਣੀ ਕਿ ਬਾਬਾ ਸ਼ੇਖ ਫਰੀਦ ਜੀ ਉਹਨਾਂ ਦੀ ਨਗਰੀ ਦੇ ਵਿੱਚ, ਨਾਲ ਲੱਗਦੇ ਪਿੰਡ ਸਿਵੀਆਂ ਦੇ ਵਿੱਚ, ਅਤੇ ਜਿੱਥੇ ਸਜਾਉਂਦੇ ਹਾਂ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ। ਅਤੇ ਆਓ ਫਿਰ ਕਰਦੇ ਹਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਾਂ। ਉਸ ਤੋਂ ਪਹਿਲਾਂ ਪਿੰਡ ਦੀ ਲੈਂਦੇ ਹਾਂ ਇੱਕ ਛੋਟੀ ਜੀ ਗੇੜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹ ਜੀ ਵਾਹ ਪਿਆਰੇ ਦੋਸਤੋ, ਅਤੇ ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਸਿਵੀਆਂ ਦੇ ਵਿੱਚ, ਅਤੇ ਜਿੱਥੇ ਅਸੀਂ ਲਾ ਰਹੇ ਹਾਂ ਮਹਿਫਲ ਮਿੱਤਰਾਂ ਦੀ। ਵਾਹ ਜੀ ਦੋਸਤੋ, ਬਹੁਤ ਸਾਰੇ ਦੋਸਤ, ਬਹੁਤ ਸਾਰੇ ਸੱਜਣ ਅਤੇ ਬਹੁਤ ਸਾਰੇ ਵੀਰ ਭਰਾ, ਬਜ਼ੁਰਗ ਅਤੇ ਬੱਚੇ ਮੇਰੇ ਨਾਲ ਜੁੜ ਚੁੱਕੇ ਨੇ, ਅਤੇ ਆਓ ਫਿਰ ਕਰਦੇ ਉਹਨਾਂ ਨਾਲ ਬਹੁਤ ਹੀ ਦਿਲਚਸਪ ਅਤੇ ਪਿਆਰੀਆਂ ਗੱਲਾਂ, ਅਤੇ ਸਜਾਉਂਦੇ ਹਾਂ ਮਹਿਫਲ। ਵਾਹ ਜੀ ਵਾਹ। ਅਤੇ ਲਓ ਜੀ, ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਆਪਾਂ ਪਿੰਡ ਦੇ ਬਹੁਤ ਹੀ ਰਿਸਪੈਕਟਡ ਮਾਣਯੋਗ ਸਰਪੰਚ ਸਾਹਿਬ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਖੜੇ ਹੋ ਜਾਓ ਜੀ। ਕੀ ਨਾਮ ਜੀ ਆਪਣਾ? ਮੇਰਾ ਨਾਮ ਸਾਹਿਬ ਸਿੰਘ ਜੀ। ਸਾਹਿਬ ਸਿੰਘ ਜੀ, ਸਾਹਿਬ ਸਿੰਘ ਜੀ, ਪਿੰਡ ਵਿੱਚ ਕੀ ਵਿਕਾਸ ਹੋਏ ਨੇ, ਕੀ ਵਿਕਾਸ ਕੀਤੇ ਨੇ ਤੁਸੀਂ? ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ ਜੀ, ਜੋ ਵੀ ਆਪਣਾ ਧਰਮਸ਼ਾਲਾ ਵਗੈਰਾ, ਬਿਲਕੁਲ ਜੀ, ਬੱਸ ਸਟੈਂਡ ਵਗੈਰਾ, ਪਿੰਡ ਦੀਆਂ ਜਿੰਨੀਆਂ ਬਹੁਤ ਜ਼ਿਆਦਾ ਗਲੀਆਂ ਵੱਡੀ ਪੱਧਰ 'ਤੇ 65 ਤੋਂ 70 ਗਲੀਆਂ ਪੱਕੀਆਂ ਹੋ ਚੁੱਕੀਆਂ। ਵਾਹ ਜੀ ਵਾਹ। ਬਾਕੀ ਪਿੰਡ ਦਾ ਸਾਡਾ ਬਹੁਤ ਖੁਸ਼ਹਾਲ ਪਿੰਡ ਆ ਜੀ, ਭਾਈਚਾਰਕ ਸਾਂਝ ਦੇ ਤੌਰ 'ਤੇ, ਖੇਤੀ ਪੱਖੋਂ ਜੀ, ਹਰ ਪੱਖੋਂ ਸਾਡਾ ਪਿੰਡ ਬਹੁਤ ਜ਼ਿਆਦਾ ਖੁਸ਼ਹਾਲ ਆ ਜੀ। ਕੋਈ ਪਾਰਟੀਬਾਜ਼ੀ ਨਹੀਂ ਸਾਡੇ ਪਿੰਡ ਦੇ, ਕੋਈ ਵੀ ਸਾਂਝਾ ਕੰਮ ਹੋਵੇ ਸਾਰਾ ਪਿੰਡ ਵੱਧ ਚੜ੍ਹ ਕੇ ਸਹਿਯੋਗ ਦਿੰਦਾ ਜੀ ਜੀ, ਕੋਈ ਕਿਸੇ ਗੱਲੋਂ ਪਿੱਛੇ ਨਹੀਂ ਰਹਿੰਦਾ ਜੀ। ਠੀਕ ਹੈ। ਅਤੇ ਪਿੰਡ ਦੇ ਲੋਕ ਕਿੰਨਾ ਕੁ ਪਿਆਰ ਕਰਦੇ ਨੇ ਸਰਪੰਚ ਸਾਹਿਬ? ਪਿੰਡ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੀ। ਠੀਕ ਹੈ ਜੀ। ਅਤੇ ਅੱਜ ਕਿੰਨੀ ਕੁ ਖੁਸ਼ੀ ਹੋ ਰਹੀ ਆ, ਅੱਜ ਇਸ ਪਿੰਡ ਦੇ ਵਿੱਚ ਇੱਕ ਮਹਿਫਲ ਲੱਗੀ ਆ, ਲੋਕ ਜੁੜ ਕੇ ਬੈਠੇ ਨੇ, ਪਿਆਰੀਆਂ ਪਿਆਰੀਆਂ ਗੱਲਾਂ ਕਰਨੇ, ਕਿੱਦਾਂ ਦਾ ਲੱਗ ਰਿਹਾ ਅੱਜ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ। ਅੱਛਾ ਜੀ, ਲੱਡੂ ਫੁੱਟ ਰਹੇ ਨੇ ਅੰਦਰੋਂ? ਹਾਂ ਜੀ। ਸਰਪੰਚ ਸਾਹਿਬ, ਮੈਂ ਕਿਹਾ ਪੂਰੀ ਵਧੀਆ ਗੱਲ ਹੋ ਗਈ ਹੈ ਨਾ, ਤਾਂ ਬਹੁਤ ਬਹੁਤ ਥੈਂਕਸ ਜੀ, ਥੈਂਕ ਯੂ ਵੈਰੀ ਮੱਚ ਜੀ। ਹਾਂਜੀ ਪਿਆਰੇ ਦੋਸਤੋ, ਇਹ ਤਾਂ ਸੀ ਸਾਡੇ ਸਰਪੰਚ ਸਾਹਿਬ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਪਿੰਡ ਦੇ ਵਿਕਾਸ ਬਾਰੇ, ਇਸ ਤੋਂ ਇਲਾਵਾ ਕਿੰਨੇ ਕੁ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਅਤੇ ਹੁਣ ਪੁੱਛਦੇ ਆਪਾਂ ਪਿੰਡ ਸਿਵੀਆਂ ਦੇ ਇਤਿਹਾਸ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਦਰਸ਼ਨ ਸਿੰਘ ਆ ਜੀ। ਵਾਹ ਜੀ ਵਾਹ, ਤੁਹਾਡੇ ਦਰਸ਼ਨ ਕਰਕੇ ਅਸੀਂ ਖੁਸ਼ ਹੋ ਗਏ ਅੱਜ। ਵੀ ਮੈਂ ਵੀ ਤੁਹਾਡੇ ਦਰਸ਼ਨ ਕਰਕੇ ਖੁਸ਼ ਹੋ ਗਿਆ। ਕਿੰਨਾ ਕੁ ਮਨ ਅੰਦਰੋਂ ਖੁਸ਼ ਆ? ਮੈਂ ਨਾ ਕੀ ਪੁੱਛਦੇ ਆ, ਮੈਂ ਕਿਹਾ ਚੰਗਿਆੜੀ ਕੱਢਦੇ, ਮੈਂ ਨਾ ਕੀ ਪੁੱਛਦੇ ਆ, ਕੀ ਪੁੱਛਦੇ ਆ? ਚਲੋ ਕੀ ਪੁੱਛਦੇ ਆਪਾਂ ਸਿਵੀਆਂ ਪਿੰਡ ਦੇ ਇਤਿਹਾਸ ਬਾਰੇ, ਸਾਡੇ ਅੱਜ ਦੀ ਜੋ ਜਨਰੇਸ਼ਨ ਆ ਜਾਂ ਪੀੜ੍ਹੀ ਜਿਹਨਾਂ ਨੂੰ ਨਹੀਂ ਪਤਾ, ਪਲੀਜ਼ ਉਹਨਾਂ ਨੂੰ ਥੋੜ੍ਹਾ ਜਿਹਾ ਦੱਸੋ। ਹਾਂਜੀ, ਸਾਡੇ ਜਿਹੜਾ ਪਿੰਡ ਸਿਵੀਆਂ, ਇਹ 5 ਭਰਾ ਆਏ ਸੀ ਸਿਵੀਆਂ ਇੱਥੇ ਸਾਡੇ। ਅੱਛਾ ਜੀ। ਉਹਨਾਂ ਨੇ ਸਾਡਾ ਪਿੰਡ ਆ ਕੇ ਇੱਥੇ ਬੜੇ ਟਿਕਾਣੇ ਜਾ ਕੇ ਬੰਨੇ ਆ ਜੀ, ਕਿਉਂਕਿ ਪਹਿਲੀ ਤਾਂ ਸਾਨੂੰ ਇਹ ਖੁਸ਼ੀ ਹੁੰਦੀ ਆ, ਪਹਿਲਾਂ ਤਾਂ ਅਸੀਂ ਕੱਢਦੇ ਬਜ਼ੁਰਗਾਂ ਨੂੰ ਗਾਲਾਂ ਹੀ। ਅੱਛਾ ਜੀ, ਕਿੱਥੇ ਬੰਨ ਲਿਆ ਦੀਆਂ ਗਾਲਾਂ ਮੈਨੇ ਕਦੀ ਕੱਢ ਕੇ ਸੁਣਾ? ਪਤੰਦਰੋ ਕਿੱਥੇ ਬੰਨ ਲਿਆ ਪਿੰਡ ਸਾਡਾ ਨਾ, ਕੋਈ ਬੱਸ ਨਾ, ਕੋਈ ਟਾਂਗਾ ਨਾ ਲੈਣਾ, ਕੋਈ ਦੇਣਾ ਨਾ, ਕੋਈ ਸੜਕ ਨਾ ਲੈਣਾ, ਇਹਨਾਂ ਨੂੰ ਬਿਜਲੀ ਨਾ ਨੇੜੇ। ਬਿਲਕੁਲ। ਪਰ ਹੁਣ ਜਦੋਂ ਅਸੀਂ ਵੇਹਨੇ ਆ ਜੀ ਵੀ ਸੜਕਾਂ ਵੱਡੀਆਂ ਵੱਡੀਆਂ ਪਿੰਡਾਂ ਜਾਗਣੀਆਂ ਜਾ ਰੋਕ ਗਏ, ਪਿੰਡਾਂ ਦੇ ਪਿੰਡ ਰੋਕ ਗਏ ਜੀ, ਪਰ ਸਾਡੇ ਪਿੰਡ ਦੇ ਵਿੱਚ ਖੰਭਾ ਬਿਜਲੀ ਦਾ ਵੀ ਲੰਘਿਆ ਵੱਡਾ, ਸਾਡੇ ਪਿੰਡ ਦੀ ਜ਼ਮੀਨ ਨਹੀਂ ਰੁਕੀ ਹੋਵੇ ਤਾਂ ਜੀ। ਇਸ ਕਰਕੇ ਉਹ ਸੀਸਾਂ ਦੇ ਰਿਹਾ ਜੀ, 5 ਬੰਦੇ ਸਾਡੇ ਜੀ ਜੀ ਜਿਨ੍ਹਾਂ ਨੇ ਪਿੰਡ ਅੱਗੇ ਬੰਨਿਆ। ਅੱਛਾ ਜੀ। ਫਿਰ ਪਿੰਡ ਨੂੰ ਸਾਡੇ ਨੂੰ ਮਾਰ ਪੈਣ ਲੱਗ ਗਈ, ਧਾੜ ਪੈਂਦੀ ਜੇ ਵੱਡੀ 5 ਰਿੰਕਲ ਆ। ਬਿਲਕੁਲ। ਇੱਥੋਂ ਦੇ ਪਿੰਡ ਆ ਕੇ ਲੋਕ ਆ ਕੇ ਲੁੱਟ ਪੁੱਟ ਕੇ ਲੈ ਜਾਂਦੇ ਸਾਡੇ ਪਿੰਡ ਜੀ। ਫਿਰ ਸਾਡੇ ਬਜ਼ੁਰਗਾਂ ਨੇ ਸੰਧੂ ਧਾਲੀਵਾਲ ਆ ਜਿਵੇਂ ਸਰਪੰਚ ਚੱਠਾ ਸਾਹਿਬ, ਇਹ ਤਰ੍ਹਾਂ ਤਰ੍ਹਾਂ ਸਾਰੇ ਬੰਦੇ ਪਿੰਡਾਂ 'ਚੋਂ ਲਿਆਉਂਦੇ, ਫਿਰ ਸਾਡਾ ਪਿੰਡ ਤਾਕਤਵਰ ਹੋ ਗਿਆ ਜੀ, ਫਿਰ ਧਾੜ ਨਹੀਂ ਪੈਣ ਲੱਗੀ ਸਾਡੇ ਪਿੰਡ ਦੇ। ਠੀਕ ਹੈ ਜੀ। ਇਸ ਕਰਕੇ ਬਾਕੀ ਇੱਕ ਹੋਰ ਹੈ ਹਾਂਜੀ, ਸਾਡਾ ਗੁਰਦੁਆਰਾ ਸਾਹਿਬ ਹੈ ਹਾਂਜੀ, ਇਹਦੇ ਵਿੱਚ ਕੋਈ ਵੀ ਗਰੀਬ ਹੈ ਆਪਦੇ, ਕੋਈ ਮੌਤ ਆਉਂਦੀ ਰਹਿੰਦੀ ਬੰਦੇ ਨੂੰ, ਬਿਲਕੁਲ ਜੀ ਬਿਲਕੁਲ, ਰਹਿੰਦਾ ਉਹ ਮਾਰਗ ਦਾ ਭੋਗ ਇੱਥੇ ਪਾ ਸਕਦਾ। ਸਾਡੇ ਸਿਵਿਆਂ 'ਚ ਕੋਈ ਰੋਗ ਨਹੀਂ ਟੋਕ ਨਹੀਂ, ਉਹ ਵੀ ਆਪਦਾ ਸ਼ਿਸ਼ਕਾਰ ਸਾਡੇ ਜੀਵੀਦਾਰ ਸਿਵਿਆਂ 'ਚ ਕਰ ਸਕਦਾ। ਵਾਹ ਜੀ ਵਾਹ, ਕਿਆ ਬਾਤ! ਇੱਕ ਵਾਰ ਜ਼ੋਰਦਾਰ ਤਾੜੀਆਂ ਸਰਦਾਰ ਦਰਸ਼ਨ ਜੀ ਲਈ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਪਿੰਡ ਦੇ ਇਤਿਹਾਸ ਬਾਰੇ ਦੱਸਿਆ। ਇਸ ਤੋਂ ਇਲਾਵਾ ਮੈਂ ਸੁਣਿਆ ਕਿ ਸਿਵੇ ਬਹੁਤ ਖੂਬਸੂਰਤ ਬਣੇ ਆ। ਹਾਂਜੀ, ਸਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਹੈ, 21 ਲੱਖ ਰੁਪਇਆ ਸਾਡੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਸ ਸਿਵਿਆਂ 'ਤੇ ਲਾਤਾ। ਵਾਹ ਜੀ ਵਾਹ, ਕਿਆ ਬਾਤ ਆ! ਕਹਿੰਦੇ ਮੱਲੋ ਮੱਲੀ ਕਈ ਵਾਰੀ ਮਾਰਨ ਨੂੰ ਜੀ ਕਰਦਾ ਹੈ, ਏਡੇ ਸੋਹਣੇ, ਕਿਉਂਕਿ ਸਾਡੇ ਸਰਪੰਚ ਕੌਰ ਸਿੰਘ ਰਹੇ ਆ ਜੀ, ਉਹਨਾਂ ਨੇ ਇੱਕ ਆਪਣਾ ਬਣਾਇਆ ਸੀਗਾ ਸਕੰਜਾ, ਵੀ ਉਦੋਂ ਮਹੀ ਨਹੀਂ ਸੀ, ਸਿੱਧੀ ਟੋਆ ਜਿਹਾ ਪੱਟ ਕੇ ਲੱਕੜਾਂ ਪਾ ਦਿੰਦੇ ਸੀ ਜੀ, ਉਹਨਾਂ ਨੇ ਇੱਕ ਚਕੱਚਾ ਵਿੱਚ ਬੱਚਾ ਵਧੀਆ ਬਣਾਤਾ ਜੀ, ਪਹਿਲਾਂ ਉਹ ਆਪ ਪੈ ਗਿਆ ਵਿੱਚ। ਅੱਛਾ ਜੀ, ਆਪ ਟਰਾਈ ਕੀਤਾ ਉਹਨਾਂ ਨੇ? ਆਪ ਪੈ ਗਿਆ। ਅੱਛਾ, ਰੱਬ ਦੀ ਕਰਨੀ ਹੋਈ ਪਹਿਲੀ ਹੋਣੀ ਹੋਣੀ ਉਹਨਾਂ ਤੋਂ ਹੋ ਗਈ, ਉਹਨਾਂ ਤੋਂ ਹੋਏ 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 ਖੂਬਸੂਰਤ ਬਣਾਏ ਆ। ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਇੱਦਾਂ ਲੱਗਦਾ ਕਿ ਨਹੀਂ ਲੱਗਦਾ, ਆਪਣਾ ਦਿਲ ਲੱਗ ਜਾਂਦਾ ਜਦੋਂ ਸਜਾਵਟ ਦਾ, ਪਰ ਉਦੋਂ ਦਿਲ ਨਹੀਂ ਲੱਗਦਾ ਜੇ ਨੌਜਵਾਨ ਦੀ ਮੌਤ। ਬਿਲਕੁਲ ਜੀ ਬਿਲਕੁਲ, ਤੇ ਬਜ਼ੁਰਗ ਦੀ ਮੌਤ ਤਾਂ ਸਾਨੂੰ ਉਦੋਂ ਚਲੋ ਠੀਕ ਆ ਵੀ ਆਸਾ, ਪਰ ਮਰਿਆ ਬਜ਼ੁਰਗ ਵੀ ਮਾੜਾ ਹੀ ਆ, ਕਿਉਂਕਿ ਸਿਆਣਾ ਘਰ ਦਾ ਜਿੰਦਰਾ ਹੁੰਦਾ ਜੀ। ਚਲੋ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਇੱਕ ਵਾਰੀ ਜ਼ੋਰ
थैंक यू जी धन्यवाद। लो जी गल्लां बातां दा सिलसिला चल रहा ते इधर मेरा वीर सोहनी शर्ट पा के खड़ा, की नाम है भाई जी? मेरा नाम जी बब्बल सिमिया। हैं बब्बल? एक बार जोर देने को बब्बल, सारे जाने को बब्बल। हाँ बब्बल भाई जी की करते हो? जी मैं थोड़ा जा संगीत नाल मोह प्रेम रखता। थोड़ा जी रख दे, थोड़ा ज्यादा रख लो। ज्यादा फिर मेरी मजबूरी है जी, क्योंकि मैं लेबर करने वाला बंदा है जी। अच्छा अच्छा चलो कोई ना, संगीत भी एक तरह की लेबर आप कही तो वह भी काम कर, हरेक कोई भी काम है जो अपना लेबर है ना किसी भी तरह का। किनिया पढ़िया तुम? 10 पढ़े। भजे कदम स्कूल चो? नहीं भजे नहीं। हाँ झूठ ना बोलो बबल। नहीं सच्ची कदे तो भजे स्कूल चो तो नहीं भजे जी, मैं घरों भज के जाता हूँ पर घर घर वाली तो डर के। नहीं घर वाली तो नहीं, तो मैं न्याणा सी पढ़ने वेले। अच्छा अच्छा नहीं हुण हुण भजाई तो डर के भज देंगे किवें? नहीं हुण नहीं, वो तो बीबा बंदा ही समझो जी। अच्छा बीबा ही है? नहीं उन्होंने किया कि आप ही हो गए? नहीं मैं भी फस गए रे लोर। अच्छा आप हो गए कि उन्होंने किया? मैं तो ही उन्होंने गल कर रहा। अच्छा जी ओ बीबा ने? ओ बीबे बंदे ओ शरीफ ने? हाँ शरीफ है। तो तुम थोड़ा यार बसवा दे। बिल्कुल बड़क बुड़क भी मार दी है गुस्से जाके जो कभी भी लड़ाई हुई? नहीं पीती खाधी च कई बार हो जाता। अच्छा पीती खाधी, चलो पीती खाधी वाली अज बड़क सारे नु सुना दो, सारे पिंड नु सुना दी है जी। हाँ पी के विस्की दे विच खारे जे असी ना मारे ललकारे जे असी लाए ना एक दो टापू तो फिर सन कौन पंजाबी फिर सन कौन पंजाबी आखू फिर सन कौन पंजाबी आखू फिर सन कौन पंजाबी आखू बल्ले डर एक बार तुमा छड़ चादरा खोसे पैरां दे विच पा के मोढे धर के डांग तुरे ना मुछ नू वटा चढ़ा के जे ना सी कबड्डी खेडे जा फिर मां नू कहा ना बेबे जा फिर प्यो ने कहा ना बापू तो फिर सानू कौन पंजाबी फिर सानू कौन पंजाबी आखू फिर सानू कौन पंजाबी आखू। भाई वाह जोरदार ताड़ियां भाई बब्बल जी लई, बहुत ही प्यारा लग्या तुहाडे नाल बब्बल जी गलबात करके। वाकई किते भी पंजाबी साडे चले जाण उहनां दी शान उहनां दी आण बाण ते सरदारी वखरी आ। जिस तरह एक मैनूं शेर याद आ गया कहिंदे आरी 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 आ लोकी कहिंदे मुंडिया सोहणी पग तेरी नाले टौर तेरी सरदारी। एक वारी सरदारां दे नां ते जोरदार ताड़ियां हो जाण। हाँ जी प्यारे दोस्तों गल्लां बातां दा सिलसिला चल रहा है ते पिंड सिवियां दे लोक बड़ियां ही कड़कदार ते मज़ेदार गल्लां सुना रहे ने ते हुण समा हो चुका है एक छोटी जी ब्रेक दा। छोटी जी ब्रेक तो बाद सजावांगे महफल। हाँ जी प्यारे दोस्तों ब्रेक तो बाद एक बार फिर हाजरा लैके तुहाडा मन पसंदीदा शो जिसका नाम है महफल। तो लो जी आप बंदे गल् कर लिया ने, हूँ लेडीज़ के नाल उन्होंने भी गल्बात बातें उन्होंने कुछ दुख दर्द उन्होंने भी कुछ व्यू लेने। सत श्रीकाल जी। सत श्रीकाल। की नाम जी अपना? दलीप कौर। कद अंकल जी ने लड़ाई हुई है? वादू वादू होंगी है। किमें लड़ते हो फिर? किमें लड़ते मतलब एक अद्धी कोई बोलते हो गलबात आ नहीं करता जो नहीं करता काम नहीं करता इदा? दारू पींदा रोज। दारू पींदा तो फिर कदे गुस्सा चढ़ा के वादू चढ़ता? की ना वादू चढ़ के हट जाता है। नहीं गुस्सा एह जा केड़ा जेड़ा चढ़ के हट जाता है? एह जा केड़ा गुस्सा जेड़ा चढ़ के हट जाता? गुस्सा चढ़ना ही ले ले हुण पीजी नु वैल लगे और पीनी है। ओ फिर मेनू तो ना गुस्सा दिखाओ बेबे। या हो फिर। अच्छा किन्नी की शराब पी लेंदे हो? वादू। अच्छा जी तुसी रोकन दी कोशिश करदे हो? करदे अथले ओ कह लंदा तड़के सी कह लेने। अच्छा जी तुसी कह लेने? हां इको जे इको जे घंटा सी रहंदे नी। चलो तुसी करके ओदी बोल लेने। अच्छा सर हां प्यार भी बहुत है? प्यार भी बहुत है। प्यार भी बहुत आपदे विच? हां पैसे भी दंदे है नी भी लंदे नी। हां नहीं हां प्रेम नाल रोटी दिने प्रेम नाल लीड़े तो ने शौक नाल उन श्रृंगार के तोड़ दे। श्रृंगार के तोड़ दे। अच्छा हां मेरे अकल च कह दे कदे माड़े लीड़े नी पाउंदे ते कदे निंदा नी कीती कदे पैसे दे ते मैं करनी कई बेबे दलीपो दे लई। बच्ची है।
ਕੱਪੜੇ ਧਾਗਾ ਪਾ ਲੈਂਦੇ ਹੁਣ ਨੀ ਨਾ ਪੈਂਦਾ ਪਹਿਲਾਂ ਤਾਂ ਬਥੇਰਾ ਪਾਉਂਦੇ ਰਹੇ ਹਾਂ ਧਾਗੇ ਧੁੱਗੇ ਬਥੇਰਾ ਕੱਢਿਆ ਕਸੀਦੇ ਧਾਗੇ ਤਾਂ ਹੋਏ ਧੁੱਗੇ ਕੀ ਹੋਏ ਬੇਬੇ ਬੋਲੀ ਸੁਣਾਉਣ ਲੱਗੀ ਕੀ ਹਾਂਜੀ 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 ਹਾਏ 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 ਸਵਾਦ ਹੀ ਆ ਨਾ ਚਲੋ ਜੀ ਆ ਜਾਓ ਰਾਣੀ ਰਾਜਾ ਚੱਲੇ ਪੂਰੂ ਦੇ ਸੁਜੋ ਕੁਛ ਮੰਗਣਾ ਸੋ ਮੰਗ ਲਾ ਰਾਣੀ ਰਾਜਾ ਚੱਲੇ ਪੂਰੂ ਦੇ ਜੋ ਕੁਛ ਮੰਗਣਾ ਸੋ ਮੰਗ ਲਾ ਰਾਜਾ ਕੋਈ ਨਾ ਕੋਈ ਨਾ ਜਿਆਦਾ ਦੁੱਧ ਲਿਆ ਦੇ ਕੱਚ ਦੀ ਲਿਆ ਦੇ ਜੀ ਕਾੜਨੀ ਰਾਜਾ ਚਿੜੀਆਂ ਦਾ ਦੁੱਧ ਲਿਆ ਟਰਾਲੀਆਂ ਮਤਲਬ ਗੁਰ ਨੇ ਦਿੱਤਾ ਠੀਕ ਹੈ ਗੁਰੂ ਨੇ ਆਹ ਵਾਲ ਬੜੇ ਯਾਰ ਘੈਂਟ ਬਣਾਏ ਕਿਵੇਂ ਸਰਗਿਆਂ ਵਾਲੀ ਦੁਕਾਨ ਤੋਂ ਬਣਾਏ ਲੱਖੇ ਦੀ ਦੁਕਾਨ ਤੋਂ ਬਣਾਏ ਅੱਛਾ ਲੱਖਾ ਐ ਵਾਲ ਬਣਾਉਂਦਾ ਨਹੀਂ ਕਾਹਦੇ ਚ ਪਾ ਕੇ ਬਣਾਏ ਉਹਨੇ ਵਾਲ ਕਾਹਦੇ ਵਿੱਚ ਵੀ ਨਹੀਂ ਜੀ ਅੱਛਾ ਕੈਂਚੀ ਨਾਲ ਹੀ ਐ ਕਰਦੇ ਕਮਾਲ ਆ ਕਿੱਧਰੋਂ ਕਿੱਧਰ ਦੱਸ ਕੀ ਨਕਸ਼ਾ ਬਣਾ ਛੱਡਿਆ ਹੈ ਅੱਛਾ ਕਰਦਾ ਕੀ ਆ ਕੁਛ ਨਹੀਂ ਘਰੇ ਕੁਛ ਪੜਦਾ ਨਹੀਂਗਾ ਪੜਦੇ ਆ ਅੱਛਾ ਆ ਤੇ ਫਿਰ ਤੂੰ ਕਹ ਮੈਂ ਕੁਛ ਨਹੀਂ ਕਰਦਾ ਪੜਦਾ ਤਾਂ ਹੈਗਾ ਨਾ ਹਾਂਜੀ ਤੇ ਸਕੂਲੋਂ ਕਦੇ ਭੱਜਿਆ ਨਹੀਂ ਭੱਜਿਆ ਹੈਗਾ ਨਾਲ ਦੇ ਦੱਸੋ ਵੀ ਇਹਦੇ ਭੱਜਿਆ ਉਰਿਆ ਵੀ ਇਧਰ ਇਧਰ ਆ ਲੈ ਜਾਵਣੀ ਕੁੜਤੇ ਵਾਲਿਆ ਵੇ ਕੀ ਨਾਮ ਇਧਰ ਬਿੱਟੂ ਤੇ ਲੱਖਾ ਅੱਡ ਨੇ ਚਲੋ ਤੁਹਾਡੇ ਚ ਦੇਨੇ ਬੈਠਕਾ ਕਿਹੜਾ ਜਿਆਦਾ ਲਾਉਂਦਾ ਸ਼ੁਰੂ ਕਰ ਲੱਗੇ ਠੀਕ ਹੈ ਚਲੋ ਸ਼ੁਰੂ ਕਰ ਲੱਗਿਆ ਚਲੋ ਵੀ ਸ਼ੁਰੂ ਕਰੋ ਬੈਠਕਾ ਉਹ ਬੈਠਕਾ ਲਾਉਣੀ ਆ ਅੱਜ ਦੀ ਨੌਜਵਾਨ ਪੀੜ੍ਹੀ ਬੈਠਕਾ ਲਾ ਰਹੀ ਜੀ ਤੇ ਸਾਨੂੰ ਦੱਸ ਰਹੀ ਆ ਕਿਹੜਾ ਤੇ ਜੱਜੀ ਵੀ ਜਿੱਦਾਂ ਜਾਂ ਦਿਲਪ੍ਰੀਤ ਢਿੱਲੋਂ ਜਿੱਦਾਂ ਹੁਣ ਪਤਾ ਲੱਗਣਾ ਅੱਜ ਪਿੰਡ ਸਿਵਿਆਂ ਦੇ ਵਿੱਚ ਐਨ ਲੱਗੇ ਪਏ ਨੌਜਵਾਨ ਬੱਲੇ ਇਹ ਮੈਨੂੰ ਲੱਖੇ ਦੁਕਾਨ ਵਾਲਾ ਲੱਗਦਾ ਗਿਆ ਰੂਪੇ ਦੁਕਾਨ ਵਾਲਾ ਵੀ ਗਿਆ ਹਾਏ ਹਾਏ ਥੱਕ ਗਿਆ ਹਾਏ ਬੇਬੇ ਕਿੱਧਰ ਟੀ ਵੀ ਵਾਲੇ ਨੇ ਲਓ ਜੀ ਸਾਡਾ ਵਿਜੇਤਾ ਇੱਦਾਂ ਆ ਰਿਹਾ ਮੁੰਡਾ ਜ਼ੋਰਦਾਰ ਤਾੜੀਆਂ ਹਾਂਜੀ ਪਿਆਰੇ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਅਤੇ ਪਿੰਡ ਸਿਵਿਆਂ ਦੇ ਵਿੱਚ ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਅਤੇ ਬਹੁਤ ਹੀ ਵਧੀਆ ਵਧੀਆ ਬੱਚੇ ਟੈਲੈਂਟਡ ਬੱਚੇ ਸਾਨੂੰ ਮਿਲ ਰਹੇ ਨੇ ਅਤੇ ਸੇਵਾ ਵਾਲੇ ਲੋਕ ਵੀ ਮਿਲ ਰਹੇ ਨੇ ਅਤੇ ਪਰ ਹੁਣ ਸਮਾਂ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਅਤੇ ਬ੍ਰੇਕ ਤੋਂ ਬਾਅਦ ਸਜਾਉਂਦੇ ਹਾਂ ਮੈਂ ਫਲ